ਅੱਜ ਇੱਥੇ ਇੱਕ ਬੀਬੀ ਆ ਗਈ ਮੈਂ ਸੰਗਤ ਨੂੰ ਮਿਲਦਾ ਸੀ ਮੈਂ ਜਦੋਂ ਮਿਲ ਰਿਹਾ ਸੀ ਮਿਲਦੇ ਆ ਮੈਨੂੰ ਆ ਕੇ ਕਹਿੰਦੀ ਮੈਨੂੰ ਆ ਕੇ ਮਾੜਾ ਚਾਹੀਦਾ ਬਾਬਾ ਜੀ ਮੈਂ ਕਿਹਾ ਹਾਂਜੀ ਮੇਰੇ ਤੇ ਸ਼ਹੀਦ ਆਉਂਦੇ ਨੇ ਏਦਾਂ ਮੈਂ ਕਿਹਾ ਬੀਬੀ ਕੋਈ ਸ਼ਹੀਦ ਸ਼ੂਦ ਨਹੀਂ ਚੱਲ ਉੱਧਰ ਬਹਿ ਜਾ ਨਾ ਜੀ ਨਾ ਸੱਚੀ ਗੱਲ ਏ ਮੇਰੇ ਤੇ ਸ਼ਹੀਦ ਆਉਂਦੇ ਨੇ ਮੈਂ ਫਿਰ ਉਹਨੂੰ ਅੱਗੋਂ ਗੱਲ ਪਤਾ ਕੀ ਗਈ ਮੈਂ ਕਿਹਾ ਸ਼ਹੀਦ ਕੌਮ ਦਾ ਭਲਾ ਕਰਦੇ ਨੇ ਕਹਿੰਦੀ ਹਾਂ ਮੈਂ ਕਿਹਾ ਫਿਰ ਏਡੇ ਏਡੇ ਸਾਡੇ ਸਿੰਘ ਜੇਲ੍ਹਾਂ 'ਚ ਬੰਦ ਨੇ ਉਹਨਾਂ ਨੂੰ ਰਿਹਾ ਕਰਾਓ ਸ਼ਹੀਦੋ ਰਿਹਾ ਕਰਾਓ ਕੀ ਸ਼ਹੀਦ ਆਉਂਦੇ ਨੇ ਕਹਿਣਗੇ ਸ਼ਹੀਦ ਆਉਂਦੇ ਨੇ ਮੈਂ ਸਪਸ਼ਟ ਕਹਿ ਰਿਹਾ ਸਟੇਜ ਤੇ ਲਾਈਵ ਸੁਣ ਰਹੇ ਨੇ ਘਰਾਂ 'ਚ ਜਿਹੜਾ ਬਾਬਾ ਕਹਿੰਦਾ ਮੇਰੇ 'ਚ ਸ਼ਹੀਦ ਆਉਂਦੇ ਨੇ ਜਾਂ ਬਾਬਾ ਦੀਪ ਸਿੰਘ ਆਉਂਦਾ ਹੈ ਕੀ ਬਾਬਾ ਦੀਪ ਸਿੰਘ ਨੂੰ ਦਵਿੰਦਰਪਾਲ ਸਿੰਘ ਭੁੱਲਰ ਅੰਦਰ ਜੇਲ੍ਹ 'ਚ ਬੈਠਾ ਬੰਦ ਦਿਸਦਾ ਨਹੀਂ ਦੱਸੋ ਕੋਈ ਬੰਦਾ ਜਵਾਬ ਦੇਵੇ ਖੜਾ ਹੋ ਕੇ ਇੱਥੇ ਬੋਲੇ ਘਰਾਂ 'ਚ ਸਵੇਰੇ ਆ ਜਾਏ ਮੇਰੇ ਕੋਲ ਇੱਥੇ ਸਥਾਨ ਤੇ ਮਿਲ ਲੈ ਮੈਨੂੰ ਆ ਕੇ ਵੀ ਕੀ ਜਿਹੜੇ ਬੰਦੇ 'ਚ ਸ਼ਹੀਦ ਆਉਂਦੇ ਨੇ ਉਹਨਾਂ ਨੂੰ ਰਾਜੋਆਣੇ ਵਰਗੇ ਜੇਲ੍ਹਾਂ 'ਚ ਬੈਠੇ ਦਿਸਦੇ ਨਹੀਂ ਕੀ ਉਹ ਬੰਦੇ ਲੋਕਾਂ ਦੇ ਗੋਡੇ ਮੋਢੇ ਠੀਕ ਕਰਦੇ ਨੇ ਸ਼ਹੀਦ ਸ਼ਹੀਦ ਦੇ ਆਉਣਗੇ ਨਾ ਉਹ ਤਕੜੇ ਕੰਮ ਕਰਨਗੇ ਲੋਕਾਂ ਦੇ ਲੱਤਾਂ ਗੋਡੇ ਠੀਕ ਨਹੀਂ ਕਰਨ ਆਉਣਗੇ ਹੈ ਪਖੰਡ ਬਣਾਇਆ ਦੱਸ ਦਿਓ ਇੱਥੇ ਲੈ ਆਇਓ ਜਿਹੜਾ ਤੁਹਾਨੂੰ ਮਿਲ ਪਵੇ ਲੈ ਆਇਓ ਬਾਹ ਫੜ ਲਿਆਇਓ ਅਗਲੀ ਸੰਗਰਾਂਦ ਤੇ ਇੱਕ ਮਾਈਕ ਉਹਨੂੰ ਫੜਾ ਦਿਆਂਗਾ ਬੋਲ ਬਾਬਾ ਸ਼ਹੀਦਾ ਕਿਹੜੇ ਸ਼ਹੀਦ ਨੇ ਤੇਰੇ ਜਦ ਲੱਗੇ ਪਤਾ ਬੋਲੋ ਜੀ ਕਿਹੜਾ ਸ਼ਹੀਦ ਹੈ ਦੱਸੋ ਵੀ ਆਉਂਦਾ ਤੇਰੇ ਚ ਸ਼ਹੀਦ ਅਖੇ ਦਰਬਾਰ ਲਾਉਂਦੇ ਨੇ ਜੀ ਸਾਡੇ ਬਾਬਾ ਜੀ ਫਿਰ ਦਰਬਾਰ 'ਚ ਦੱਸਦੇ ਨੇ ਏਦਾਂ ਹੋ ਰਿਹਾ ਫਿਰ ਬਾਬਾ ਦੀਪ ਸਿੰਘ ਆ ਗਿਆ ਮਾੜਾ ਜਿਹਾ ਸਿਰ ਮਾਰ ਕੇ ਬਾਬਾ ਦੀਪ ਸਿੰਘ ਆ ਜਾਣਗੇ ਤੇਰੇ 'ਚ ਏਦਾਂ ਕਿਵੇਂ ਆ ਜਾਣਗੇ ਮੈਂ ਹੈਰਾਨ ਹਾਂ ਓਏ ਜੇ ਰੋਟੀ ਖਾਣੀ ਹੈ ਖਾਓ ਪਰ ਸ਼ਹੀਦਾਂ ਦਾ ਨਾਂ ਬਦਨਾਮ ਕਰੋ ਥੋੜੇ ਢੰਗ ਨੇ ਦੁਨੀਆ ਪਖੰਡ ਕਰਦੀ ਹੈ ਤੂੰ ਵੀ ਵਾਲ ਵੂਲ ਖੋਲ ਕੇ ਬਹਿ ਜਾ ਤਿਲਕ ਤੁਲਕ ਲਾ ਕੇ ਕਿਤੇ ਅੱਜ ਬਥੇਰੇ ਸਵੇਰੇ ਬੈਠੇ ਹੁੰਦੇ ਨੇ ਟੈਲੀਵਿਜ਼ਨਾਂ ਵਿੱਚ ਜਨਮ ਪੱਤਰੀਆਂ ਦੀਆਂ ਦੱਸਦੇ ਹੁੰਦੇ ਤੂੰ ਵੀ ਬਹਿ ਜਾ ਕਰ ਲੈ ਪਖੰਡ ਜਾਂ ਬਾਬੇ ਸ਼੍ਰੀ ਚੰਦ ਦਾ ਚੇਲਾ ਬਣ ਕੇ ਲੰਗੋਟ ਪਾ ਲੈ ਪਰ ਸਿੱਖਾਂ ਨੂੰ ਬਦਨਾਮ ਨਾ ਕਰੋ ਸਿੱਖਾਂ ਵਿੱਚ ਇਹ ਸ਼੍ਰੇਣੀ ਨਹੀਂ ਪਖੰਡੀਆਂ ਦੀ ਸਿੱਖਾਂ ਨੂੰ ਬਦਨਾਮ ਨਾ ਕਰੋ ਸਿੱਖ ਧਰਮ ਨੂੰ ਬਦਨਾਮ ਨਾ ਕਰੋ ਵੀ ਸਿੱਖਾਂ ਦੇ ਵਿੱਚ ਇਦਾਂ ਦਾ ਕੁਝ ਹੁੰਦਾ ਨਾ ਭਾਈ ਨਾ ਮੈਂ ਸਪਸ਼ਟ ਕਹਿ ਰਿਹਾ ਜਿਹੜੇ ਬਾਬੇ ਬਾਬਿਆਂ ਦੇ ਦਰਬਾਰਾਂ 'ਚ ਜਾਂਦੇ ਨੇ ਉਸ ਬਾਬੇ ਦੇ ਦਰਬਾਰ 'ਚ ਜਾ ਕੇ ਕਹਿਣ ਵੀ ਬਾਬਾ ਦੀਪ ਸਿੰਘ ਨੂੰ ਬੇਨਤੀ ਕਰੋ ਜੀ ਆ ਸਾਡੇ ਸਿੰਘ ਬਾਹਰ ਆ ਜਾਣ ਕਰੋ ਇਹ ਦਰਬਾਰ 'ਚ ਪੁੱਛੋ ਉਹਨਾਂ ਨੂੰ ਜਾ ਕੇ ਵੀ ਆਹ ਕੰਮ ਕਰਨ ਵਾਲਾ ਕਰੋ ਕਿ ਗੋਡੇ ਠੀਕ ਕਰੋਗੇ ਲੋਕਾਂ ਦੇ ਬੁੜੀਆਂ ਦੇ ਗੋਡੇ ਠੀਕ ਕਰਦੇ ਨੇ ਸ਼ਹੀਦ ਲੈ ਇਹ ਤੇ ਡਾਕਟਰ ਕਰੀ ਜਾਂਦੇ ਨੇ ਗੋਡੇ ਮੋਢੇ ਤੇ ਡਾਕਟਰ ਚੜਾਈ ਜਾਂਦੇ ਨੇ ਇਹ ਡਾਕਟਰਾਂ ਦਾ ਕੰਮ ਹੈ ਕਰਨ ਵਾਲਾ ਕਿਆ ਕੁਝ ਸ਼ਹੀਦਾਂ ਤੋਂ ਕਰਾਉਣਾ ਹੈ ਦੱਸੋ ਕਿਹਦੇ 'ਚ ਆਉਂਦਾ ਬੋਲੋ ਇੱਥੇ ਉਹ ਬੀਬੀ ਮੈਨੂੰ ਕਹਿੰਦੀ ਆ ਕੇ ਥੋੜਾ ਜਿਹਾ ਚਿਰ ਜੇ ਉਹ ਇੱਕ ਦੋ ਗੱਲਾਂ ਹੋਰ ਕਹਿ ਦਿੰਦੀ ਵੇਖੋ ਮਤਲਬ ਨਹੀਂ ਕੋਈ ਕਿ ਹੱਥ ਉੱਠ ਜਾਏ ਔਰਤ ਤੇ ਬੰਦੇ ਦਾ ਹੱਥ ਕਿਵੇਂ ਉੱਠਦਾ ਪਰ ਗੁੱਸਾ ਚੜ ਰਿਹਾ ਸੀ ਮੈਨੂੰ ਵੀ ਚੜ ਜਾਣਾ ਸੀ ਅੱਜ ਸੱਚੀ ਵੀ ਉਹ ਬੀਬੀ ਜੇ ਦੋ ਕੁ ਮਿੰਟ ਹੋਰ ਕਹਿ ਦਿੰਦੀ ਨਾ ਇੱਕ ਸ਼ਬਦ ਹੋਰ ਕਹਿ ਦਿੰਦੀ ਤੇ ਚੜ ਜਾਣਾ ਸੀ ਗੁੱਸਾ ਮੈਨੂੰ ਵੀ ਕੰਟਰੋਲ ਤੋਂ ਬਾਹਰ ਹੋ ਹੀ ਚੁੱਕਾ ਕਿਉਂਕਿ ਪਖੰਡ ਕਰ ਛੜਿਆ ਸੰਗਤ ਵਿੱਚ ਤੁਹਾਨੂੰ ਇਹ ਹੁੰਦਾ ਵੀ ਇੰਨੇ ਲੋਕੀ ਵੇਖ ਰਹੇ ਨੇ ਪਤਾ ਨਹੀਂ ਇੱਥੇ ਤਾਂ ਮੈਂ ਸਮਾਣੇ ਕਿਹਾ ਸੀ ਜਿਹੜਾ ਇਦਾਂ ਦਾ ਪਖੰਡ ਜਿਹਾ ਕਰਨ ਵਾਲਾ ਉਹ ਇੱਥੇ ਨਾ ਆਇਆ ਕਰੇ ਸਾਡੇ ਨਾ ਉਹ ਆਓ ਜਿਹਨੇ ਨਾਮ ਦੀ ਗੱਲ ਕਰਨੀ ਹੈ ਅੰਦਰ ਦੀ ਗੱਲ ਕਰੋ ਜਾਂ ਪੁੱਛੋ ਜਿੰਨੀ ਸਾਨੂੰ ਪਤਾ ਹੋਏਗਾ ਉਨੀ ਦੱਸ ਦਿਆਂਗੇ ਵੀ ਇਦਾਂ ਕਹੇ ਜਿੰਨਾ ਤੁਹਾਡਾ ਗਿਆਨ ਹੋਏਗਾ ਸਾਨੂੰ ਮਿਲ ਜਾਏਗਾ ਤੁਹਾਡੀ ਤੁਹਾਡੀ ਕੋਈ ਅਵਸਥਾ ਹੈ ਉਦੋਂ ਗਾਹ ਲਈ ਉਹ ਸਾਨੂੰ ਦੱਸ ਜਾਓ ਅਸੀਂ ਰਾਹ ਬਣਾਵਾਂਗੇ ਅੱਗੇ ਬਣੇ ਸਾਡੇ ਤੇ ਕਿਰਪਾ ਹੋਵੇਗੀ ਤੁਹਾਨੂੰ ਕੋਈ ਜ਼ਿਆਦਾ ਨੌਲੇਜ ਵਾਲੀ ਗੱਲ ਅੰਦਰ ਦੀ ਗੱਲ ਕਰ ਰਿਹਾ ਸੁਰਤ ਦੀ ਜੇ ਤਾਕਤ ਜ਼ਿਆਦਾ ਹੈ ਤੇ ਗੱਲ ਕਰੋ ਤੇ ਠੀਕ ਹੈ ਸਾਡੇ ਵੀ ਸਾਡਾ ਵੀ ਭਲਾ ਹੋ ਜਾਏਗਾ ਸਾਨੂੰ ਵੀ ਪਤਾ ਲੱਗੇਗਾ ਵੀ ਹੁਣ ਸਿਮਰਨ ਦੀ ਆ ਅੱਗੇ ਇਦਾਂ ਤੇ ਜਿੰਨਾ ਕੁ ਸਾਨੂੰ ਦੱਸਿਆ ਉਹਨਾਂ ਕੁ ਅਸੀਂ ਦੱਸ ਸਕਦੇ ਹਾਂ ਜਿੰਨਾ ਕੁ ਸਾਨੂੰ ਸਮਝ ਪਈ ਹੈ ਹੁਣ ਤੱਕ ਪਰ ਪਖੰਡ ਨਹੀਂ ਚੰਗਾ ਲੱਗਦਾ ਪਖੰਡ ਨਹੀਂ ਇੱਕ ਬੰਦਾ ਕਹਿ ਦੇਵੇ ਸੰਗਤ ਵਿੱਚ ਵੀ ਅੱਜ ਤੱਕ ਕਿਸੇ ਨੂੰ ਕਿਹਾ ਹੋਵੇ ਜਾ ਓਏ ਹੋ ਜਾਏਗਾ ਠੀਕ ਮੈਂ ਕਹਿੰਦਾ ਹੁੰਦਾ ਅਰਦਾਸ ਕਰ ਤੂੰ ਜਾਣੇ ਤੇਰਾ ਸਤਿਗੁਰ ਜਾਣੇ ਅਸੀਂ ਨਹੀਂ ਵਿਚਾਲੇ ਇੰਨਾ ਇਕੱਠ ਤੇ ਸੰਗਤ ਹੈ ਕੋਈ ਬੰਦਾ ਕਹਿ ਦੇ ਵੀ ਮੈਨੂੰ ਬਾਬਾ ਜੀ ਕਹਿੰਦੇ ਆ ਜਾ ਓਏ ਮੈਂ ਤੈਨੂੰ ਕਰ ਦਾਂਗਾ ਠੀਕ ਨਾ ਅੱਜ ਤੱਕ ਨਹੀਂ ਇੱਥੋਂ ਤੱਕ ਵੀ ਮੈਂ ਨਹੀਂ ਕਦੇ ਕਿਸੇ ਨੂੰ ਕਿਹਾ ਕਿ ਖੰਡ ਪਾਠ ਕਰਾਓ
मैं नहीं कहिंदा किया ही नहीं कदी मैं कहना उन्हें अरदास कर दे तू अरदास आप कर जा उठे जा ग्रंथी सिंह नु मिल के अरदास करो सतगुरु जानन तू जाने असी बोझ नहीं चुक सकते असी करन वाले कौन है ते जदों भी मैनू कोई बंदा कहिंदा है बाबा जी तू ही ठीक कर दिता मैं कहना ओए सतगुरां नु विचों कढ ही दिता ही सतगुरां नु ते कढ ही दिता तू विचों एक बंदा मैनू सलाह दवे अहे बाबा जी इन्नी दुनिया मिलती है एतवार मेरे कोल बैठा कहिंदा इन्नी दुनिया मिलती है मैं कहा हां जी कहिंदा वेखो कोई कहिंदा मैनू इदां ठीक नहीं बच्चे आले भी आ जांदे ने मेरे घर पुत नहीं बच्चा नहीं तुसी कोई गल करी जांदे हो अरदास करिया करो भाई अरदास करिया करो भाई अरदास करिया करो अरदास करिया करो दुख निवारण नेड़े आ उत्थे जाया कर कोई मुक्तसर वालों आवे उत्थे जाया कर मस्तवाणे आवे उत्थे जाया कर भाई दिल्लियों आवे बंगला साहब जाया मैं इदां कही जांदा हुंदा वी उत्थे जाओ भाई उत्थे जाओ तू जाने तेरा गुरु जाने महाराज सच्चे पातशाह शरदा बना लै बस चल गल बन जाएगी ते ओ हुण मैनू कहिंदा बाबा जी हुण जिन्ने आए ने तुसीं इहनां नूं कही जा करो खंड पाठ कराओ खंड पाठ कराओ तुहाडी कोई मोड़न लगा है मैं कहा गल ते ठीक है मोड़दा ते कोई नहीं कहिंदा जे तुसीं इक ऐतवार जे 50 खंड पाठ दे दिया करो ते महीने दा 200 खंड पाठ हो गया मैं क्या हो गया ते कहिंदा 100 खंड पाठ जेड़ा है वो जेड़ा 100 खंड पाठ होएगा वो कहिंदा 2000 रुपया पर खंड पाठ पाठी नूं दे दिओ मैं क्या ठीक कहिंदा 3000 दे हिसाब नाल किन्ने बच गए मैं क्या 6 लख 100 दा 3 लख बच गया ते साल दा एक महीने दा किन्ना बच गया 6 बच गया ना हिसाब ला लिओ 6 लख कहिंदा जी 6 लख इनकम हर महीने मैं क्या ओए इनकम वास्ते ते अपने सतगुरु नु वरतीए एदू पहला मर जाना चाहिए जान निकल जाए उदन ही जान निकल जाए जिदन गुरु ग्रंथ साहब नु जूझ करिए इनकम लई ए कोई इनकम दा साधन है गुरु ग्रंथ साहब सच्चे पातशाह साडे इत्थे खंड पाठ साहिब चलदा है पुछ लो अपने आप कोई नहीं बाबा जी अज ते कराना ही है दरबार साहब च नहीं अड चलदा वखरा क्योंकि बाणी उत्थे पढ़ी जा रही है कीर्तन अड जगह हुंदा है कीर्तन होर पासे क्योंकि सतगुरु जदों बोलदे ने ओहदे विच कोई बंदा बोले तुसी दसो भी तू सियाणा बंदा है ना घर दा मालक ते तेरे विच कोई बोले ते किड्डा दुख लगदा है भी जदों मैं गल करदा तू कौन हुंदा है ਵਿੱਚ ਬੋਲਣ ਵਾਲਾ ਜਦੋਂ ਮੈਂ ਬੋਲ ਰਿਹਾ ਤੇ ਤੂੰ ਕੌਣ ਹੁੰਨਾ ਵਿੱਚ ਬੋਲਣ ਵਾਲਾ ਕਹਿੰਦੇ ਆ ਨਾ ਆਪਾਂ ਵੀ ਜਦੋਂ ਮੈਂ ਬੋਲਦਾ ਤੇ ਤੂੰ ਵਿੱਚ ਕੌਣ ਹੁੰਨਾ ਬੋਲਣ ਵਾਲਾ ਤੇ ਪਿਆਰਿਓ ਸੱਚੀ ਗੱਲ ਤੇ ਹੈ ਵੀ ਜਦੋਂ ਪਾਤਸ਼ਾਹਾਂ ਦਾ ਪਾਤਸ਼ਾਹ ਬੋਲੇ ਨਾ ਉਹਦੇ ਵਿੱਚ ਨਾ ਬੋਲੇ ਕੋਈ ਪਰ ਮਰਿਆਦਾ ਸਾਰੀ ਭੁੱਲ ਗਏ ਆ ਸਾਰੀ ਮਰਿਆਦਾ ਛਿੱਕੇ ਤੇ ਟੰਗ ਦਿੱਤੀ ਹੈ ਭੁੱਲ ਗਏ ਆਪਾਂ ਮਰਿਆਦਾ ਤੇ ਸਿੱਖ ਰਹਿਤ ਮਰਿਆਦਾ 'ਚ ਵੀ ਇਹ ਲਿਖਿਆ ਹੈ ਵੀ ਜਿੱਥੇ ਪਾਠ ਹੋਵੇ ਉੱਥੇ ਕੀਰਤਨ ਨਹੀਂ ਹੋਣਾ ਚਾਹੀਦਾ ਕਥਾ ਕੀਰਤਨ ਬਾਅਦ ਵਿੱਚ ਜਦੋਂ ਭੋਗ ਪੈ ਜਾਏ ਬਾਅਦ ਵਿੱਚ ਪਰ ਚਲੋ ਜ਼ਿਆਦਾਤਰ ਸੁਭਾਅ ਇਹ ਹੈ ਜ਼ਿਆਦਾਤਰ ਸੁਭਾਅ ਇਹ ਹੈ ਕਹਿਣਗੇ ਜੀ ਸਾਨੂੰ ਸਮਝ ਨਹੀਂ ਆਉਂਦੀ ਤਾਂ ਕਰਕੇ ਕੀਰਤਨ ਸਾਨੂੰ ਛੇਤੀ ਸਮਝ ਆ ਜਾਂਦਾ ਪਾਠ ਸਾਡੇ ਸਮਝ 'ਚ ਨਹੀਂ ਆਉਂਦਾ ਚਲੋ ਇਹ ਵੀ ਇੱਕ ਠੀਕ ਹੈ ਵੀ ਭੋਲੇ ਭਾਲੇ ਲੋਕ ਨੇ ਜੀ ਸਮਝ ਨਹੀਂ ਆਉਂਦੀ ਪਾਠ ਕੀਰਤਨ ਸਮਝ ਲੈਂਦੇ ਆ ਬਾਣੀ ਦੇ ਅੱਗੇ ਸਪੀਕਰ ਲੱਗਾ ਰਹੇਗਾ ਪਤਾ ਹੀ ਨਹੀਂ ਲੱਗਦਾ ਸਮਝ ਨਹੀਂ ਆਉਂਦੀ ਪਰ ਸੱਚਾਈ ਇਹ ਹੈ ਸੱਚਾਈ ਇਹ ਹੈ ਤੇ ਮੈਂ ਮਹਾਰਾਜ ਦੀ ਹਜ਼ੂਰੀ ਵਿੱਚ ਇਹ ਬਚਨ ਕਰ ਰਿਹਾ ਇੱਥੇ ਪਾਠ ਜਿਹੜੇ ਚੱਲਦੇ ਵੀ ਨੇ ਨਾ ਲੋਕੀ ਚਲਾਉਂਦੇ ਆ ਵੀ ਅਸੀਂ ਖੰਡ ਪਾਠ ਕਰਾਉਣਾ ਹੈ ਇੱਕ ਤਾਂ ਭੋਗ ਪੈ ਜਾਂਦਾ ਦੂਜਾ ਆਰੰਭ ਕਰ ਲੈਂਦੇ ਨੇ ਉਹ ਦੂਜੇ ਦਾ ਭੋਗ ਪੈ ਜਾਂਦਾ ਤੀਜਾ ਆਰੰਭ ਕਰ ਲੈਂਦੇ ਨੇ ਮੈਂ ਮਹਾਰਾਜ ਦੀ ਹਜ਼ੂਰੀ 'ਚ ਬੈਠਾ ਵਾਜੇ ਤੇ ਹੱਥ ਰੱਖ ਕੇ ਕਹਿੰਦਾ ਕੀਰਤਨ ਦੀ ਦਾਤ ਹੈ ਦਿੱਤੀ ਮਹਾਰਾਜ ਨੇ ਮੈਨੂੰ ਇਹ ਮੈਂ ਇਹਦੇ 'ਤੇ ਹੱਥ ਰੱਖ ਕੇ ਕਹਿੰਦਾ ਸੀ ਇਹਦਾ 1 ਰੁਪਈਆ ਕਦੇ ਇੱਥੇ ਵਰਤਿਆ ਨਹੀਂ 1 ਰੁਪਈਆ ਜਿੰਨੇ ਖੰਡ ਪਾਠ ਲੋਕੀ ਕਰਾ ਜਾਂਦੇ ਆ
ਅਸੀਂ ਉਹਦੇ ਜਿੰਨੇ ਪੈਸੇ ਹੋਣ ਉਹ ਪੈਸੇ ਅੱਡ ਰੱਖ ਲੈਨੇ ਆ ਉਹ ਸਾਰੇ ਦੇ ਸਾਰੇ ਮਸਤਵਾਨਾ ਸਾਹਿਬ ਉਨੇ ਹੀ ਉੱਥੇ ਵੀ ਲੈ ਭਾਈ ਇੱਕ ਖੰਡ ਪੜ ਤੇ ਰਹਿਤੇ ਹੋਇਆ ਇੱਕ ਉੱਥੇ ਉਹਦੀ ਅਰਦਾਸ ਕਰਾ ਦਈਏ ਵੀ ਸਤਿਗੁਰੂ ਤੁਸੀਂ ਇਹਦਾ ਇਹਦੇ ਨੇ ਸ਼ਰਧਾ ਇਹਦੀ ਤੇ ਆ ਪੈਸਾ ਇੱਥੇ ਆਇਆ ਤੇ ਬਸ ਲੇਖੇ ਲੱਗ ਜਾਏ ਇਹ ਪੈਸਾ ਅਸੀਂ ਨਾ ਵਰਤੀਏ ਸੱਚ ਕਹਿ ਰਿਹਾ ਮਰਦੀ ਹਜ਼ੂਰੀ ਚ ਇੱਕ ਵਾਰੀ ਵੀ ਨਹੀਂ ਕਦੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੁਸੀਂ ਹਾਜ਼ਰ ਨਾਜ਼ਰ ਸਤਿਗੁਰ ਹੋ ਸਾਡੇ ਗੁਰੂ ਗ੍ਰੰਥ ਪਿਆਰੇ ਵਾਹ ਵਾਹ ਬਾਣੀ ਨਿਰੰਕਾਰ ਹੈ ਬਾਣੀ ਨਿਰੰਕਾਰ ਹੈ ਬਾਣੀ ਨੂੰ ਵਰਤੀਏ ਬਾਣੀ ਨੂੰ ਵਰਤੀਏ ਨਹੀਂ ਹੋ ਸਕਦਾ ਬਾਕੀ ਇਹ ਜਿਵੇਂ ਮਹਾਂਪੁਰਸ਼ਾਂ ਦੇ ਕਈਆਂ ਦੀ ਮਰਿਆਦਾ ਹੈ ਮੈਂ ਉਹਦਾ ਖੰਡਨ ਮੰਨਣ ਨਹੀਂ ਕਰ ਰਿਹਾ ਮੈਂ ਨਰਾਦਰੀ ਨਹੀਂ ਕਰ ਰਿਹਾ ਪਰ ਮੈਂ ਦੱਸ ਰਿਹਾ ਵੀ ਜੇ ਤੁਸੀਂ ਚਾਰ ਪੈਸੇ ਕਮਾਣੇ ਨੇ ਤੇ ਸ਼ਹੀਦਾਂ ਦਾ ਨਾਂ ਨਾ ਵਰਤੋ ਇਹ ਕਹਿ ਰਿਹਾ ਗੱਲ ਸ਼ਹੀਦਾਂ ਦਾ ਨਾਂ ਕਿਉਂ ਵਰਤਦੇ ਹੋ ਬਦਨਾਮ ਨਾ ਕਰੋ ਸ਼ਹੀਦਾਂ ਨੂੰ ਵੀ ਸ਼ਹੀਦ ਤੁਹਾਡੇ ਗੋਡੇ ਠੀਕ ਕਰਨ ਆ ਜਾਂਦੇ ਨੇ ਤੁਹਾਡੇ 'ਚ